ਜੀ ਆ ਜਿਹੜੇ ਆਪਾਂ ਖੜੇ ਆ ਰੋਡ ਦੇ ਉੱਤੇ ਕਿਹੜੀ ਜਗ੍ਹਾ ਤੇ ਖੜੇ ਆ ਤੇ ਇਹ ਛਬੀਲ ਕਿਸ ਦੇ ਵੱਲੋਂ ਤੇ ਕਿਸ ਪਰਪਸ ਲਈ ਲਗਾਈ ਗਈ ਇਹ ਆਪਣਾ ਜਿਹੜੀ ਛਬੀਲ ਲਾਈ ਹੈ ਇਹ ਬਸ ਆਪਣੇ ਵੱਲੋਂ ਹੀ ਸੇਵਾ ਕੀਤੀ ਗਈ ਹੈ ਕਿਹੜੇ ਪਿੰਡ ਵੱਲੋਂ ਜੀ ਘਮੰਡਗੜ੍ਹ ਵੱਲੋਂ ਘਮੰਡਗੜ੍ਹ ਇਹ ਰੋਡ ਜਿਹੜੀ ਹੈ ਬਸੀ ਤੋਂ ਖਰੜ ਜਾ ਰਹੀ ਹੈ ਉਹਦੇ ਉੱਤੇ ਇਹ ਸੋਭਤ ਹੈ ਆਪਣਾ ਬਹੁਤ ਪ੍ਰੇਮ ਦੇ ਨਾਲ ਆਪਣਾ ਸੇਵਾ ਹੋ ਰਹੀ ਹੈ ਸੰਗਤ ਵੱਧ ਤੋਂ ਵੱਧ ਜਲ ਛੱਕ ਕੇ ਬਹੁਤ ਖੁਸ਼ ਹੋ ਰਹੀ ਹੈ ਹੈ ਜੀ ਇਹ ਇਹਦਾ ਚਲਾਉਣ ਦਾ ਮਕਸਦ ਕੀ ਸੀਗਾ ਆਪਣਾ ਇਹ ਆਪਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ ਜੀ ਤੱਤੀ ਤਵੇ 'ਤੇ ਜਦੋਂ ਸ਼ਹੀਦੀ ਦਾ ਉਹ ਕਰਿਆ ਨਾ ਇਹਨਾਂ ਨੇ ਉਸ ਟਾਈਮ ਇਹਨਾਂ ਦੇ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਸਮਝੋ ਠੰਡ ਪਹੁੰਚਾਉਣ ਵਾਸਤੇ ਉਹਨਾਂ ਦੇ ਸ਼ਾਂਤੀ ਕਾ ਵਾਸਤੇ ਇਹ ਉਦੋਂ ਦੀ ਇਹ ਪ੍ਰੋਬਲਮ ਮਤਲਬ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਜੋ ਅੱਜ ਛਬੀਲਾਂ ਲਗਾਈਆਂ ਗਈਆਂ ਨੇ ਜਿਹਦੇ ਵਿੱਚ ਠੰਡਾ ਮਿੱਠਾ ਜਲ ਸ਼ਰਬਤ ਦੁੱਧ ਵਾਲੀ ਲੱਸੀ ਅਤੇ ਨਿੰਬੂ ਦੀ ਸ਼ਿਕੰਜਵੀ ਵੀ ਇੱਥੇ ਚਲਾਈ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਪਿੰਡ ਘਮੰਡਗੜ੍ਹ ਤੋਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸਿੰਘ ਜੀ ਘਮੰਡਗੜ੍ਹ ਸਰਪੰਚ ਪੰਚਾਇਤ ਘਮੰਡਗੜ੍ਹ ਇਹ ਸਬੀਲ ਅਸੀਂ ਨਗਰ ਨੇ ਸਵਰਨ ਸਿੰਘ ਫੌਜੀ ਨੇ ਗੈਲ ਹਿੰਮਤ ਕਰਕੇ ਪੈਸੇ ਲਾ ਕੇ ਇਹ ਸਬੀਲ ਚਲਾਈ ਹੈ ਠੰਡਾ ਪਾਣੀ ਸਗੰਜਵੀ ਇੱਥੇ